जी जलंधर टाइम दे रहे रवान दशहरा स्वागत है। मैं साजन अज असं आए हैं जलंधर के चार नंबर डिवीजन के जिते कि काफ़ी इकट्ठ जरा इतने इकट्ठा हो रहा सारे जाने सुन लो भाई, ओदी इज्जत हैगी कि नहीं हैगी, पर मैनू मेरी इज्जत बड़ी प्यारी है। मैं तुम दस दू कि कोई उत्थे अवे तबे कीती नहीं तो फिर अपना पड़िया बचा लो। आपां पूरे ढंग नाल जो इहदा हक बनदा है जी है ही ओ जेड़ी इहदा बोलना मतलब सारे बंदे बोलदे नहीं, किसे बंदे ने कोई भी उत्थे कोई हरकैन ओहो भाई क्योंकि ओदी तुसीं कीती नहीं बेचारे दो परिवार की लड़ाई थी, ओनू मुद्दा बना दिता गया। कल दे बेचारे दोवे परिवार खज्जल खुआर हो गए। बंदे भाए ओनु मैं लैन आया, एस एच ओ साहब ओनु भेज दिने। मैं पुछिया किहदी शहर दे भाए दा, तुसीं दसो गल की आ। ਕਹਿੰਦੇ ਉਹ ਜੀ ਸਾਨੂੰ ਫੋਨ ਆਇਆ। ਮੈਂ ਕਿਹਦਾ ਫੋਨ ਆਇਆ, ਬੰਦੇ ਦਾ ਨਾਂ ਦੱਸੋ। ਨਹੀਂ ਜੀ ਅਸੀਂ ਨੀ ਬੰਦੇ ਭੇਜਣੇ। ਹੁਣ ਸਾਰਾ ਸ਼ਹਿਰ ਵਾਸੀ ਇਕੱਠੇ ਹੋਏ ਆ, ਸਿੱਖ ਤਾਲਮੇਲ ਕਮੇਟੀ ਤੋਂ ਮੇਰਾ ਭਰਾ ਨਿੰਦਰ ਸਾਰੇ ਆਏ, ਸ਼ਹਿਰ ਵਾਸੀ ਵੀ ਆ ਗਏ। ਅਸੀਂ ਹੁਣ ਪੁੱਛਣ ਚੱਲੇ ਵੀ ਕਾਹਤੋਂ ਪਾਇਆ ਤੁਸੀਂ? ਨਜਾਇਜ਼ ਕਰਦੀ ਪੰਜਾਬ ਪੁਲਿਸ, ਨਜਾਇਜ਼ ਕਰਦੀ ਵੀ ਲੋਕਾਂ ਨੂੰ। ਕਿਸ ਚੀਜ਼ ਨੂੰ ਲੈ ਕੇ ਝਗੜਾ ਆ? ਯਾਰ ਆਪਸੀ ਪਰਿਵਾਰਕ ਭਰਾਵਾਂ ਦੀ ਲੜਾਈ ਆ ਦੋਵਾਂ ਦੀ। ਇੱਕ ਭਰਾ ਕਿਸੇ ਮੰਤਰੀ ਕੋਲ ਕੰਮ ਕਰਦਾ ਹੋਣਾ, ਰੱਬ ਜਾਣੇ ਕਿਹਦੇ ਕੋਲ ਕਰਦਾ ਕਿਹਦੇ ਕੋਲ ਨਹੀਂ ਕਰਦਾ ਸਾਨੂੰ ਨੀ ਪਤਾ। ਪਰ ਉਹਨੂੰ ਵਿਚਾਰੇ ਨੂੰ ਕੱਲ ਦਾ ਖੱਜਲ ਖੁਆਰ ਕੀਤਾ ਜਾ ਰਿਹਾ, ਤੇ ਇਨਸਾਨੀ ਦੇ ਨਾਤੇ ਜਿੱਥੇ ਗਰੀਬ ਨਾਲ ਧੱਕਾ ਆਏਗਾ ਉੱਥੇ ਮੈਂ ਖੜਾ ਹੋਣਾ, ਚਾਹੇ ਉਹ ਕੋਈ ਵੀ ਪਾਰਟੀ ਤੋਂ ਬਿਲੋਂਗ ਕਰਦਾ ਹੋਵੇ। ਮੈਂ ਗਰੀਬ ਨਾਲ ਧੱਕਾ ਨਹੀਂ ਹੁੰਦਾ, ਆਪਣੇ ਸ਼ਹਿਰ ਵਾਸੀ ਦੇ ਧੱਕਾ ਨਹੀਂ ਹੋਣ ਦੇਣਾ, ਚਾਹੇ ਉਹ ਕਿਹੜਾ ਮਰਜ਼ੀ ਐਮਐਲਏ ਹੋ। ਹੁਣ ਕਿੱਥੇ ਜਾ ਰਹੇ ਹੋ ਵੈਸੇ? ਹੁਣ ਅਸੀਂ ਆ ਸਾਨੂੰ ਬੁਲਾਇਆ ਜੀ, ਬਹੁਤ ਵਾਰ ਬੰਦੇ ਆਏ ਸ਼ਹਿਰ ਦੇ, ਉਹਨਾਂ ਨੇ ਬੁਲਾਇਆ ਵਾ ਜੀ, ਕਹਿੰਦੇ ਅਸੀਂ ਦੂਜੀ ਪਾਰਟੀ ਨੂੰ ਬੁਲਾਇਆ। ਦੇਖਦੇ ਆ ਸਾਹਮਣੇ ਪਾਲ ਵਾਲੇ ਦੀ ਬਿਲਡਿੰਗ ਬੁਲਾਇਆ ਜੀ, ਸਨ ਫਲੈਗ ਅਸੀਂ ਉੱਥੇ ਚੱਲੇ ਹਾਂ। ਸਾਰਾ ਸ਼ਹਿਰ ਮੇਰੇ ਨਾਲ ਆ, ਔਰ ਜਿੰਨੇ ਵੀ ਮੇਰੇ ਨਾਲ ਆ ਸਾਰੇ ਨਾਲ ਹੀ ਜਾਣਗੇ। ਕੋਈ ਲੁੱਕ ਕੇ ਗੱਲ ਨਹੀਂ, ਜੋ ਗੱਲ ਹੋਊਗੀ ਸਾਰੇ ਭਰਾਵਾਂ ਦੇ ਵਿੱਚ ਹੋਊਗੀ ਬਹਿ ਕੇ, ਔਰ ਕਿਸੇ ਨਾਲ ਧੱਕਾ ਨਹੀਂ ਹੋਣ ਦੇ। ਤੁਸੀਂ ਕਾਫੀ ਦੇਰ ਦੇ ਅੰਦਰ ਬੈਠੇ ਸੀਗੇ ਤੇ ਉਦੋਂ ਮੈਨੂੰ 12:30 ਵਜੇ ਦਾ ਪੁਲਿਸ ਨੇ ਬੁਲਾਇਆ ਪਿਆ ਵੀ ਬੰਦੇ ਪੇਸ਼ ਕਰਾਓ। ਮੈਂ ਆਪਣੇ ਬੰਦੇ ਲੈ ਕੇ ਆਇਆ, ਉਸ ਤੋਂ ਮੈਂ ਕਿਹਾ ਦੱਸੋ ਕੀ ਕਰਨਾ। ਨਹੀਂ ਬੈਠੋ ਬੈਠੋ, 4:30 ਵਜੇ ਹਾਰ ਕੇ ਮੈਨੂੰ ਸਾਰਾ ਸ਼ਹਿਰ ਇਕੱਠਾ ਕਰਨਾ ਪਿਆ ਵੀ ਤੁਸੀਂ ਕਿਉਂ ਬਾਇਆ ਦਾ ਵਾ, ਮੌਜੂਦਾ ਕੌਣ ਹੋਣ ਦੇ ਨਾਤੇ ਮੈਨੂੰ ਵੀ ਇਹਨਾਂ ਨੇ ਬਾਇਆ ਦਾ। ਮੈਂ ਕਿਹਾ ਕਾਰਨ ਤੇ ਦੱਸੋ, ਤੁਸੀਂ ਬੰਦੇ ਕਿਉਂ ਬਾਏ ਦੇ ਆ, ਉਹਦਾ ਦੱਸੋ ਕੋਈ ਤੁਹਾਡੇ ਤੇ ਪਰਚਾ ਵਾ, ਇਹਨਾਂ ਦੇ ਕੀ ਐਫ ਆਰ ਆਈ ਆ, ਕਿਉਂ ਆ? ਉਹਨਾਂ ਦਾ ਜਵਾਈ ਘਰ ਆਇਆ, ਉਹਨੂੰ ਧੱਕੇ ਨਾਲ ਚੁੱਕ ਕੇ ਲਿਆਇਆ, ਉਹੀ ਕਹਿਣਾ ਵੀ ਤੁਸੀਂ ਉਹਦੇ ਜਵਾਈ ਨੂੰ ਤੁਹਾਡੇ ਕੋਲ ਕੀ, ਤੁਹਾਨੂੰ ਕੀ ਸਰਕਾਰ ਦੇ ਦਿੱਤਾ, ਕਿੱਦਾਂ ਤੁਸੀਂ ਚੁੱਕ ਕੇ ਲਿਆ ਕੇ ਸਕਦੇ ਹੋ? ਵੀਡੀਓ ਮੈਂ ਤੁਹਾਨੂੰ ਦਿਖਾਉਂਦਾ, ਵੀਡੀਓ ਦਿਖਾਓ ਜਿਹੜਾ ਜਵਾਈ ਨੂੰ ਚੁੱਕ ਕੇ ਲਿਆਉਂਦਾ। ਇਹ ਦੇਖੋ ਸਰ, ਹਾਂ ਵੀਡੀਓ ਦਿਖਾਓ ਜਦੋਂ ਘਰੋਂ ਚੁੱਕ ਕੇ ਲਿਆਉਂਦਾ ਉਹਨਾਂ ਨੂੰ। ਇਹ ਪੁਲਿਸ ਵਾਲੇ ਦੇਖੋ, ਮੇਰੇ ਸਕੇ ਵਾਲੇ ਦੇਖੋ, ਜਦਕਿ ਇਹਦਾ ਕੋਈ ਕਸੂਰ ਨਹੀਂ ਬੰਦੇ ਦਾ, ਇਹਨੂੰ ਘਰੋਂ ਗਲਿਓ ਫੜ ਕੇ ਲਿਆਏ ਆ। ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਮੇਰੇ ਭਰਾ ਨੂੰ, ਮੇਰੇ ਰਿਸ਼ਤੇਦਾਰਾਂ ਨੂੰ ਚੁੱਕ ਕੇ ਲਿਆ ਰਹੇ ਪੁਲਿਸ ਵਾਲੇ ਬਗੈਰ ਮਤਲਬ ਤੋਂ। ਸ਼ਮਸ਼ੇਰ ਕਲਾਮ ਕਲੀਮ ਸਨ ਆਫ ਮੁਹੰਮਦ ਨਿਜ਼ਾਮੂਦੀਨ। ਅੱਛਾ, ਤੁਹਾਨੂੰ ਕੁੱਟਿਆ ਤੇ ਤੁਹਾਡੇ ਤੇ ਹੀ ਐਫ ਆਰ ਆਈ ਦਿੱਤੀ ਹੋਣਾ। ਮੈਂ 100 ਨੰਬਰ ਤੇ ਪੁਲਿਸ ਨੂੰ ਫੋਨ ਕੀਤਾ ਤੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ। ਮੇਰੇ ਖਿਲਾਫ ਕੁੱਟਾ, ਮੇਰੇ ਖਿਲਾਫ ਪਰਚਾ ਕੀਤਾ ਗਿਆ, ਮੇਰੇ ਘਰ ਮੇਰੇ ਜਵਾਈ ਨੂੰ ਏਦਾਂ ਚੱਕ ਕੇ ਲਿਆਇਆ ਗਿਆ ਜਿੱਦਾਂ ਕਿ ਉਹ ਬਹੁਤ ਵੱਡਾ ਕ੍ਰਿਮੀਨਲ ਹੋ ਗਿਆ। ਸਾਰੇ ਬੰਦੇ ਆ ਜਾਂਦੇ ਪਾਉਣਾ ਦੇ ਨਾਲ ਜਾ ਕੇ ਦੇਖਣ।
ਕੋਈ ਗੱਲਬਾਤ ਹੁੰਦੀ ਆ फोन करके मेनू बुलाया कि काम कुछ समान लैन जाना आ उत्ते मेनू एक शमशेर कलाम कलीम तीन मुंडे ते सात आठ बंदे अणपछाते सीगे जिहड़े उन्होंने मेनू फड़ के उत्थे कुटिया उत्थे भावे सीसीटीवी फुटेज कढ़ा लो तुसीं जाके मैनू कुटिया मैं उत्थे 100 नंबर कॉल किया मेरा नाम मोहम्मद वसीम है मैनू कुटिया मैं उत्थे 100 नंबर कॉल की फिर एम एल आर मैं उत्थे कटाई रात में उत्थे मैं जमा भी कराई मेरी अर्जी ते इन्होंने कोई काम नहीं किया कल दी मैनू सवेर दी फोन कर करके मैनू खराबी की जाती पई है हुण मेरे मैं घर काम करता पिया सी मेरा जवाई बैठा सीगा मैं बाहर गया सी किते शॉप च समान लैण मेरा जीजा सीगा जीजा नू जीजा सी ओनू इदां क्रिमिनल वांग गड्डी च बिठा के वीडियो बतौर वीडियो बना के ओनू लै के आया जिदा ओने पता नहीं केड़ा काम करता होया लड़ाई दा कारण की सी लड़ाई दा कोई कारण नहीं सी छोटी जी गल सीगी आपस दा मेरे की गल की सी अपना 19 तारीख नू मेरे ब्रदर दा रिसेप्शन सीगा उत्थे दो मुंडे सीगे एक मेरा छोटा भरा जाफर हैगा वा ते एक हैगा सी शमशेर उन्हां दे नाल आपस च झड़प हो गई ते मैं मना के शमशेर कौन शमशेर मेरे चाचे दा घर काम करदा कारीगर है उन्होंने आपस च और काम करता पिया सी उन्होंने आपस च लड़ लिया लड़न तो बाद मैं उन्होंने अग्गा पिछा किया ते सारे मेरे ते पै गए उस दिन फिर मैं अपने घर आ गया दूजे दिन मैनू बाहर देख के लोगों ने मेरे ते हाथ सो पहला इन्हां वल्लों कहा गया सीगा कि मीडिया जिहड़ी अंदर नाल जाएगी सो अंदरों आवाजा भी लगाईआं जा रही मीडिया नूं अंदर दोनों पक्ष उत्थे पहुंच चुके ने सो उन्होंने बातचीत हो रही है तुसी देख सकते हो तस्वीरां दे आ गए यार मैं कितने बाहर आया कोई नहीं आना जड़िया दो पार्टियां ने सो उ जनता सुनी होंगी है क्या सुनी होने तो बाद होंगी है सो दोनों पार्टियां ने एम एल आर जड़िया कटवा दतिया ने एम एल आर कटवा के भेजो माड़ा जा दानी ओके आगे 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 अंदर जाओ इधर अजी एक निजी अदारे दे विच एक निजी पावर गवर्नमेंट ने उत्थे कॉम्प्रोमाइज हो सकता है पर मीडिया अंदर नहीं जा सकती ये नहीं समझ आई कि क्यों
जी उन्होंने अंदर मीडिया कवरेज नहीं सी करन देनी जा मीडिया नू नहीं सी आन देना सीगा कि पॉल वाले नू चाहिदा सीगा कि ओह इत्थे कॉम्प्रोमाइज़ रख दे ना दूजी पार्टी नू इत्थे बुलाउंदे ना इत्थे इहो जी जगह ते बुलाउंदे जिथे मीडिया आ सकदी क्योंकि दौरान दोनों पक्ष अंदर ने सो मीडिया नु जेड़ा अलाउड नहीं किया जा रहा सो शहरी चड्डा जी वालों भी यह गल कही जा रही थी कि असी सारे दे सामने गलबात करांगे असी किसी नु भी नहीं छड्डांगे सो दे सकते हो कि दोनों पार्टियां अंदर ने आई थिंक कोई ना कोई कॉम्प्रोमाइज तो जरूर हो रहा सो ये जो तस्वीर तेरे साझिया कर रहे हैं चार नंबर थाने के सामने जो पोल गवर्नमेंट तो उत्थे दीयां तस्वीरां साझिया कर रहे हैं सो दो पार्टियां का आपसी जो कॉम्प्रोमाइज चल रहा सो दसिया जा रहा कि पहला तो उन्होंने दोनों पार्टियां वालों कंप्लेट जड़िया थाने के अंदर चार नंबर डिवीजन के अंदर दिखाई गई ने जड़िया कंप्लेट देने के बावजूद भी जोड़ा कॉम्प्रोमाइज़ इतने खुद किया जा रहा सो तो ये देख सकते हो कि थाने के जड़े प्रभारी ने वो तो शायद ना थाने के अंदर ने ना इस बिल्डिंग के अंदर ने सो दसिया जा रहा है जड़े भी अधिकारी कोई भी शायद मे बी हो सकता है कोई ना कोई उच्च अधिकारी जां इत्थे अंदर होणगे पॉलिटिशियन दे कोई अधिकारी जड़े अंदर होणगे सो उन्हां दे विच बैठ के आपसी कॉम्प्रोमाइज जिहड़ा होवेगा दरवाजे खड़े हो जाओ इतने एक बंदा खड़ा सी कह रहा है कि मीडिया अंदर नहीं अलाउ कि उन्होंने इन्हें गनमैन को स्पेशल बुलाया कि बुला के कह क्यों गनमैन आ गए नहीं तो उन्होंने खड़े कर दिया ਸੋ ਦੱਸ ਦਈਏ
कि मामला थाने पहुंचने के बावजूद भी एक एक निजी दुकान जी पाल गारमेंट्स की दुकान आंदर जी बैठ के दोनों पक्षों वालों जरा कॉम्प्रोमाइज की गल की जा रही है या फिर कोई भी कार्रवाई की जी गलबात की जा रही है। सो लाइव तस्वीर के दिखा रहे हैं कि अंदर कांग्रेस के जड़े कौंसलर ने शहरी चड्डा जी ते नाल शिवसेना समाजवादी दे नरेंद्र थापर जी भी वो अंदर गए ने। सो होर भी संस्थावां जिहड़ियां अंदर जाके उन्होंने गलबात करन दी कोशिश कर रहे हैं। सो दस्या जा रहा है कि जिहड़ी पुलिस डोर दे उत्ते खड़ी है सूत्रां दे हवाले तो पता लगा है कि ये इत्थे MLA रमन अरोड़ा सेंटर विधायक जिहड़े ने इत्थे दे उन्हां दे गनमैन ने। सो किते ना किते गल सामने आ रही है कि इत्थे चार नंबर डिवीजन जिथे केस का मामला सीगा सो उत्थे दी पुलिस इत्थे खड़ी होनी चाहिए सी। सो उत्थे दी पुलिस मौके ते नहीं है। सो तुसी तस्वीरां दे विच देख सकते हो कि दोनों पार्टियां जिहड़ियां अंदर पाल गारमेंट्स जिहड़ी मार्केट आ उहदे अंदर जा चुकियां ने। हिंदू सिख जिहड़े भाईचारा जिहड़ा समाज के लोग ने वो भी अंदर ने अंदर जाके गलबात हो रही है। राजीनामा कह नहीं सकते ये पता नहीं राजीनामा या की बाहर आ रहे ऑटो पूजा लो पूजा लो और बोल रहे ओए की बनी है अंदर की हाँ जी शहरी वाली की मामला है फिर विधायक साहब की नौबत आ गई अपने बंदे भेजे कुछ बंदे भेजन तो बाद जबकि डिवीजन नंबर चार का मामला इतना डिवीजन नंबर चार के मुलाजम मैनू नहीं बारे कोई पता कौन सी मैं मदई पिछे आया सी सारे शहर के बहुत मार बंदे बैठे उन्होंने राजीनामा होया गरीब बंदे नाल धक्का दस्सो मैं रोक राजीनामा हो गया देखो अंदर कौन कौन बैठा देख लो सर राजीनामा जेड़ा हो गया वा राजीनामा कराता वा हो गया हो गया राजीनामा हो गया आ गया सारे आ गए बंदे प्रधान आ गए आपस लड़े सी बह के बड़े बड़े लोग
ਸਲਾਹ ਕਰਾਤੇ ਆ ਜੱਫੀਆਂ ਪੀਆਂ ਤਾਂ ਕੌਣ 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 ਸੀ ਹੋ ਗਿਆ ਆਪਾਂ ਸੇ ਬੈਠ ਨਹੀਂ ਕੌਣ ਕੌਣ ਸੀ ਅੰਦਰ ਕਹਤੇ ਹੋ ਗਿਆ ਤੁਹਾਡੇ ਵੱਲੋਂ ਕਿਹੜੇ ਵੱਡੇ ਲੋਕ ਆਏ ਨਹੀਂ ਹੋ ਗਿਆ ਸਾਰਾ ਕੁਝ ਉਹਨਾਂ ਨੇ ਆਪਾਂ ਚੱਕਲੇ ਜੱਫੀਆਂ ਪੀਆਂ ਪਵਾਤੇ ਹੋ ਗਏ ਨਹੀਂ ਆਇਆ ਕੌਣ ਸੀਗਾ ਸਾਡਾ ਮਾਮਲਾ ਜਿਹੜਾ ਕੌਣ ਸਾਡੇ ਵੱਲੋਂ ਆਇਆ ਕੌਣ ਸਾਡੇ ਸ਼ਹਿਰੀ ਭਾਜੀ ਸੀਗੇ ਤੇ ਸਾਡੇ ਐਮਐਲਏ ਸਾਹਿਬ ਰਮਨ ਅਰੋੜਾ ਜੀ ਸੀਗੇ ਅੱਛਾ ਤੇ ਉਹਨਾਂ ਨੇ ਆਪਣਾ ਸਾਰਾ ਜੋੜ ਸੀਗਾ ਨਾ ਦੋ ਪਰਿਵਾਰ ਦਾ ਝਗੜਾ ਸੀਗਾ ਉਹ ਸਾਰਾ ਅੰਦਰ ਅੰਦਰ ਹੀ ਨਹੀਂ ਚਲੋ ਜੀ ਤੇ ਉਹਨਾਂ ਨੇ ਆਪਸ ਵਿੱਚ ਜੋ ਸੀਗੇ ਰਜਾਮੰਦੀ ਨਾਲ ਸਾਰਾ ਫੈਸਲਾ ਕਰਾਤਾ ਜੀ रमन अरोड़ा जी सी इतने मौजूद सी इतने मौजूद सी सो उन्होंने वालों जरा राजीनामा करवाया गया ਭਾਜੀ ਤੁਸੀਂ ਹੱਥ ਨਾ ਲਾਓ ਭਾਜੀ ਜਾ ਕੇ ਹਜੇ ਤਾਂ ਬਾਹਰ ਹੋ ਗਿਆ ਦੇ ਲਈ ਸ਼ੀਸ਼ਾ ਮੇਰਾ ਟੁੱਟ ਜਾਣਾ ਭਾਜੀ ਨਹੀਂ ਟੁੱਟਦਾ ਤੇਰੇ ਮਗਰ ਪਿਆਰ ਨਹੀਂ ਲੈਣੇ ਕਿਸੇ ਨੇ ਓਏ ਹਾਂ ਚੱਲ ਉਹਨੇ ਮੇਰੀ ਬਾਹ ਮਰੋੜਤੀ ਕੀ ਓਏ ਸੋ ਦੱਸ ਦਈਏ ਕਿ ਵਿਧਾਇਕ ਸਾਹਿਬ ਆ ਗਏ ਨੇ ਯਾਰ ਤੂੰ ਪਾਵਰ ਬੈਂਕ ਜੇਬ ਚ ਪਾਈ ਫੜ ਪਾਵਰ ਬੈਂਕ ਜੇਬ ਚ ਪਾਈ ਉੱਥੇ ਕਵਰੇਜ ਹੋਏਗੀ ਫਿਰ ਤੁਸੀਂ ਮਾਮਲਾ ਥਾਣੇ ਚ ਸੀਗਾ ਥਾਣੇ ਚ ਦੂਜੀ ਪਾਰਟੀ ਬੈਠੀ ਸੀ ਤੁਸੀਂ ਵੀ ਤਾਂ ਆਈ ਸਕਦੇ ਸੀ ਸਾਹਮਣੇ ਇੱਥੇ ਬੈਠੇ ਸੀਗਾ ਜੀ ਮੇਰਾ ਆਫਿਸ ਬਿਲਕੁਲ ਨਾਲ ਮੈਂ ਇੱਥੇ ਬੈਠਾ ਸੀ ਇੱਥੇ ਆ ਗਿਆ ਮੈਂ ਤਾਂ ਚਾਰ ਨੰਬਰ ਤੇ ਮੁਲਾਜ਼ਮ ਹੁੰਦੇ ਤੁਹਾਡੇ ਗਨਮੈਨ ਕਿਉਂ ਰੋਕ ਰਹੇ ਸੀ ਉੱਥੇ ਗਨਮੈਨ ਮੇਰੇ ਖਿਆਲ ਹੈਗੇ ਘੱਟ ਆ ਇੱਥੇ ਖੜੇ ਸੀ ਤੁਹਾਡੇ ਗਨਮੈਨ ਸਪੈਸ਼ਲ ਬੁਲਾਏ ਗਏ ਸੀ ਦੇਖਣ ਨੇ ਰੋਟੀ ਸਰ ਮੇਰੇ ਤੁਹਾਡੀ ਸੀ ਮੇਰੇ ਨਾਲ ਹੀ ਹੁੰਦੇ ਆ ਸਪੈਸ਼ਲ ਬੁਲਾਇਆ ਪਹਿਲੇ ਨਹੀਂ ਸੀਗਾ ਮੇਰੇ ਨਾਲ ਹੀ ਹੁੰਦੇ ਆ ਸਰ ਇੱਥੇ ਆ ਕੇ ਖੜੇ ਹੋਏ ਮੇਰੇ ਦੀ ਸਿਕਿਉਰਿਟੀ ਨਾਲ ਹੀ ਹੁੰਦੇ ਆ ਥੈਂਕ ਯੂ ਸਰ ਮਤਲਬ ਹੁਣ ਤੁਸੀਂ ਉਹਦੇ ਮਤਲਬ ਮਾਮਲਿਆਂ 'ਚ ਵੀ ਤੁਸੀਂ ਜਾਓਗੇ ਤੇ ਤੁਹਾਡੀ ਸਿਕਿਉਰਿਟੀ ਜਿਹੜੀ ਹੈ ਇਦਾਂ ਦਾ ਕੋਈ ਇਸ਼ੂ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂ ਸਰ ਇਦਾਂ ਦਾ ਇਸ਼ੂ ਸੀਗਾ ਕਿ ਅਸੀਂ ਪੁੱਛਿਆ ਨਾ ਸਵਾਲ ਇਦਾਂ ਦਾ ਕੋਈ ਇਸ਼ੂ ਨਹੀਂ ਮੈਂ ਦੇਖੋ ਇਹਨਾਂ ਦੇ ਵਿੱਚ ਹੀ ਚੱਲਾਂ ਆਪਸੀ ਮਾਮਲਾ ਸੀ ਉਹ ਸਾਰਿਆਂ ਨੇ ਬਹਿ ਕੇ ਸੁਲਝਾ ਮਾਮਲਾ ਹੈ ਕੀ ਸੀ ਉਹ ਵੀ ਪਤਾ ਨਹੀਂ ਮੈਨੂੰ ਨਹੀਂ ਪਤਾ ਭਰਾਵਾਂ ਦਾ ਮੈਂ ਤੇ ਉਹਨਾਂ ਨੂੰ ਇਹ ਗੱਲ ਕਹੀ ਵੀ ਆਪਸ ਦੇ ਵਿੱਚ ਭਰਾ ਭਰਾ ਵੱਖਰੇ ਨਹੀਂ ਹੁੰਦੇ ਆਪਸ ਚ ਬਹਿ ਕੇ ਸਾਰਾ ਮਾਮਲਾ ਜਿਹੜਾ ਪਤਾ ਸੀਗਾ ਸੋ ਗੱਲ ਉਹਨਾਂ ਦੀ ਗੋਲਮੋਲ ਕਰ ਰਹੀ ਸੋ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਜਿਹੜੇ ਉਹਨਾਂ ਦੇ ਗਾਰਡਸ ਸੀਗੇ ਉਹਨਾਂ ਵੱਲੋਂ ਰੋਕਿਆ ਜਾ ਰਿਹਾ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਸੋ ਉਹ ਹੱਥ ਵੀ ਜਿਹੜਾ ਸਾਹਮਣੇ ਨਜ਼ਰ ਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਰਮਨ ਅਰੋੜਾ ਜੀ ਜਿਹੜੇ ਉਹਨਾਂ ਨੂੰ ਸਪੋਰਟ ਦੂਜੀ ਪਾਰਟੀ ਨੂੰ ਸਪੋਰਟ ਕਰ ਰਹੇ ਸੀਗੇ ਸੋ ਕਿਤੇ ਨਾ ਕਿਤੇ ਜਿਹੜੀ ਥਾਣੇ ਦੇ ਵਿੱਚ ਕੰਪਲੇਂਟ ਸੀ ਇਹ ਆਮ ਲੋਕ ਆਮ ਜਨਤਾ ਦੇ ਇਹ ਵਿਧਾਇਕ ਆਪਣੇ ਆਪ ਨੂੰ ਘੁੰਮਦੇ ਨੇ ਸੋ ਆਮ ਲੋਕ ਜਿਹੜੇ ਨੇ ਥਾਣਿਆਂ ਦੇ ਵਿੱਚ ਆ ਕੇ ਰਾਜੀਨਾਮਾ ਨਹੀਂ ਕਰਵਾ ਸਕਦੇ ਸੋ ਕਿਸੇ ਦੇ ਨਿੱਜੀ ਪ੍ਰੋਪਰਟੀ ਦੇ ਅੰਦਰ ਬੈਠ ਕੇ ਸੋ ਕੰਪਰੋਮਾਈਜ਼ ਕਰਵਾ ਰਹੇ ਨੇ ਕਿੰਨਾ ਕੁ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੇ ਆਮ ਜਿਹੜੀ ਇਹ ਲੋਕ ਨੇ ਜਿਹੜੇ ਇਹਨਾਂ ਦੇ ਆਮ ਆਪ ਪਾਰਟੀ ਦੇ ਇੱਕ MLA ਜਿਹੜੇ ਰਮਨ ਅਰੋੜਾ ਜੀ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਜਿਹੜਾ ਸਾਰਾ ਕੰਮ ਇੱਕ ਨਿੱਜੀ ਬਿਲਡਿੰਗ ਜਿਹੜੀ ਪਾਲ ਗਾਰਮੈਂਟ ਦੇ ਨਾਂ ਤੋਂ ਬਿਲਡਿੰਗ ਆ ਉਹਦੇ ਅੰਦਰ ਕਰਵਾਇਆ ਜਾ ਰਿਹਾ ਸੀਗਾ ਰਾਜੀਨਾਮਾ ਉਹਨਾਂ ਦੇ ਜਿਹੜਾ ਅੰਦਰ ਹੀ ਕਰਵਾਇਆ ਸੋ ਕੰਪਲੇਂਟ ਜਿਹੜੀ ਆ ਥਾਣੇ ਦੇ ਅੰਦਰ
ਤੇ ਫੈਸਲੇ ਜਿਹੜੇ ਵਿਧਾਇਕ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਦੇ ਜਲੰਧਰ ਦੇ ਹਾਲਾਤ ਕਿੰਨੇ ਜਿਹੜੇ ਬਦਲ ਚੁੱਕੇ ਨੇ। ਸੋ ਹੋਰ ਵੀ ਜਿਹੜੇ ਇਸ ਕੇਸ ਦੇ ਨਾਲ ਅਪਡੇਸ਼ਨ ਜਿਹੜੀ ਸਾਡੇ ਨਾਲ ਸਾਹਮਣੇ ਆਏਗੀ, ਸੋ ਤੁਹਾਨੂੰ ਸਾਂਝੀਆਂ ਕਰਦੇ ਰਹਾਂਗੇ। ਹੁਣ ਤੱਕ ਲਈ ਜੁੜੇ ਰਹਿਣ ਲਈ ਧੰਨਵਾਦ। ਮੈਨੂੰ ਦਿਓ ਇਜਾਜ਼ਤ।